ਗੁੱਡ ਇਵਨਿੰਗ ਟੂ ਆਲ ਜਿਵੇਂ ਦਾ ਹਨੂਪਤੀ ਕੇ ALC ਜਿਹੜੇ ਐਗਜ਼ਾਮ ਨੇ ਹੋ ਚੱਲ ਰਹੇ ਨੇ ਤੇ ਅਸੀਂ ਐਗਜ਼ਾਮ ਤੋਂ ਪਹਿਲਾਂ ਤੁਹਾਡੇ ਸਮਨੇ ਪ੍ਰੇਡਿਕਸ਼ਨ ਦੀ ਵੀਡੀਓ ਅਪਲੋਡ ਕਰਦੇ ਹਾਂ ਉਸੇ ਤਰ੍ਹਾਂ ਜੋ 17 ਜੁਲਾਈ 2021 ਨੂੰ ALC ਐਗਜ਼ਾਮ ਹੋਣਾ ਅਕੈਡਮਿਕ ਹੋਣਾ ਸਿਰਫ ਮਤਲਬ ਕਿ ਲਾਕਡਾਊਨ ਤੋਂ ਬਾਅਦ ਪਹਿਲਾ ਜਿਹੜਾ ਅਕੈਡਮਿਕ ਇਗਜ਼ਾਮ ਹੋਣ ਲੱਗਾ ਉਹਦੀ ਅਸੀਂ ਪ੍ਰੈਡਿਕਸ਼ਨ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਸੋ ਜਿਹੜੇ ਬੱਚੇ ਇਗਜ਼ਾਮ ਦੇ ਰਹੇ ਨੇ ਜਾਂ ਜਿਨ੍ਹਾਂ ਨੇ ਇਗਜ਼ਾਮ ਫਿਲ ਕੀਤਾ ਹੋਇਆ ਉਹ ਪਲੀਜ਼ ਇੱਕ ਵਾਰੀ ਜ਼ਰੂਰ ਪ੍ਰੈਡਿਕਸ਼ਨ ਦੀ ਵੀਡੀਓ ਦੇਖ ਸਕਦੇ ਨੇ ਕਿਉਂਕਿ ਜੋ ਵੀ ਅਸੀਂ ਪ੍ਰੈਡਿਕਸ਼ਨ ਦੇ ਵਿੱਚ ਦੱਸ ਜਾਈਂ ਇਗਜ਼ਾਮ ਉਸੇ ਬੇਸ ਤੇ ਆਉਂਦਾ ਸੋ ਜਿਆਦਾ ਟਾਈਮ ਵੇਸ ਨਾ ਕਰਦੇ ਹੋ ਅੱਜ ਦੀ ਵੀਡੀਓ ਸਟਾਰਟ ਮੋਡਿਊਲ ਫਰਸਟ ਜਨਕੀ ਲਿਸਨਿੰਗ ਕਿਸ ਤਰ੍ਹਾਂ ਦੀ ਆਊਗੀ ਉਸਨੂੰ ਐਗਜ਼ਾਮ ਦੇ ਵਿੱਚ ਦੇਖਦੇ ਆਂ ਲਿਸਨਿੰਗ ਦੇ ਵਿੱਚ ਪਾਰਟ 1 ਦੀ ਗੱਲ ਕਰੀਏ ਪਾਰਟ 1 ਦੇ ਵਿੱਚ ਆਪਣੇ ਕੋਲ 1 ਤੋਂ 10 ਜਿਹੜੇ ਆਣਗੇ ਉਹ ਬਲੈਂਕਸ ਆਣਗੇ 1 ਵਰਡ ਲਿਖਣਾ ਹੋਊਗਾ ਲੈਵਲ ਹੋਊਗਾ ਔਨ ਦਾ ਈਜ਼ੀ ਪਾਰਟ 2 ਦੀ ਜੇ ਆਪਾਂ ਗੱਲ ਕਰੀਏ ਪਾਰਟ 2 ਦੇ ਵਿੱਚ 11 ਤੋਂ 16 ਜਿਹੜੇ ਕੁਸ਼ਚਨ ਆਣਗੇ ਐਮਸੀਕਿਊਜ਼ ਦੇ ਨਾਲ ਰਿਲੇਟਿਡ ਔਰ 17 ਤੋਂ 20 ਜਿਹੜੇ ਕੁਸ਼ਚਨ ਆਣਗੇ ਉਹ ਆਣਗੇ ਮੈਪ ਦੇ ਨਾਲ ਰਿਲੇਟਿਡ ਔਰ ਲੈਵਲ ਹੋਊਗਾ ਔਨ ਦਾ ਈਜ਼ੀ ਟੂ ਮੋਡਰੇਟ ਪਾਰਟ 3 ਦੇ ਵਿੱਚ ਆਪਨੇ ਕੋਲ ਲਾਰਜ ਐਮਸੀਕਿਊਜ਼ ਫੋਰ ਦੇ ਵਿੱਚ ਆਪਣੇ ਕੋਲ ਬਲੈਂਕਸ ਆਣਗੇ ਵਨ ਵਰਡ ਲਿਖਣਾ ਹੋਗਾ ਲੈਵਲ ਹੋਗਾ ਇਜ਼ੀ ਟੂ ਮੋਡਰੇਟ ਜੇ ਆਪਾਂ ਓਵਰオール ਗੱਲ ਕਰੀਏ ਤਾਂ ਜਿਹੜੇ ਲਿਸਨਿੰਗ ਆਉਗੇ ਉਸਦੇ ਐਗਜ਼ਾਮ ਦੇ ਵਿੱਚ ਆਉਗੇ ਇਜ਼ੀ ਟੂ ਮੋਡਰੇਟ ਲੈਵਲ ਦੀ ਥੋੜੀ ਜੀ ਫਾਸਟ ਹੋ ਸਕਦੇ ਇਸ ਗੱਲ ਦਾ ਧਿਆਨ ਰੱਖਣਾ ਆਪਾਂ ਦੇ ਰੀਡਿੰਗ ਦੀ ਰੀਡਿੰਗ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਪੈਸੇਜ 1 ਪੈਸੇਜ 1 ਦੇ ਵਿੱਚ ਕੀ ਆਣ ਦੇ ਚਾਂਸਸ ਨੇ ਮੈਚ ਦਾ ਸਟੇਟਮੈਂਟ ਯੈਸ نو ਨਾਟ 기ਵਨ ਆਲਦੀ ਨਾਲ ਬਲੈਂਕਸ ਆਰ ਲੈਵਲ ਹੋਗਾ ਔਨ ਦਾ ਮੋਡਰੇਟ ਪੈਸੇਜ 2 ਦੇ ਵਿੱਚ ਆਪਣੇ ਕੋਲ ਲਿਸਟ ਆਫ ਹੈਡਿੰਗਸ ਆ ਸਕਦੇ ਨੇ ਐਮਸੀਕਿਊ ਔਰ ਸ਼ पैसेज थ्री दि अपने को ब्लैक्स ब्लैंक्स की जो कंडीशन होगी नो मोर दैन टू वर्ड्स टू वर्ड्स तो ज़्यादा आप नहीं लिख सकते और टू फॉल्स तो नॉट गिवन और चूज द करैक्ट ऑप्शन और लैवल होगा द मॉडरेट जब जी आप ओवरऑल गल करिए तो जी रीडिंग आऊगी उस दिन एग्जाम मॉडरेट लैवल की ਫਿਰ ਆਪਾਂ ਦੇਖਦੇ ਹਾਂ ਨੈਕਸਟ ਮੋਡਿਊਲ ਯਾਨੀ ਕਿ ਰਾਈਟਿੰਗ ਰਾਈਟਿੰਗ ਦੇ ਵਿੱਚ ਟਾਸਕ 1 ਦੀ ਗੱਲ ਕਰਾਂਗੇ ਚਾਰ ਟਾਪਿਕ ਦੇਵਾਂਗੇ ਔਰ ਚਾਰਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਟਾਪਿਕ ਐਗਜ਼ਾਮ ਦੇ ਵਿੱਚ ਆ ਸਕਦਾ ਦੇਖਦੇ ਹਾਂ ਚਾਰ ਟਾਪਿਕ ਟੇਬਲ ਪਾਈ ਪਾਰ ਮੈਪ ਇਹਨਾਂ ਚਾਰਾਂ ਦੇ ਵਿੱਚ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਇਹਨਾਂ ਚਾਰਾਂ ਦੇ ਨਾਲ ਰਿਲੇਟਡ ਜੋ ਵੀ ਕੁਐਸਚਨ ਹੈ ਤੁਸੀਂ ਲਿਖ ਕੇ ਦੇਖਿਓ ਔਰ ਚੈੱਕ ਕਰਵਾਇਓ ਕਿੰਨੇ ਬੈਂਡ ਸਕੋਰ ਪਾਉਂਦੇ ਨੇ ਟਾਸਕ 2 ਦੇ ਆਪਾਂ ਦੇਖਦੇ ਹਾਂ ਟਾਪਿਕ ਪੰਜ ਟਾਪਿਕ ਕਿਹੜੇ-ਕਿਹੜੇ ਜੌਬਸ ਐਂਡ EMPLOIEMENT ਗਵਰਨਮੈਂਟ ਐਂਡ ਸੋਸਾਇਟੀ ਟਰੈਵਲ ਐਂਡ ਟੂਰਿਜ਼ਮ ਐਜੂਕੇਸ਼ਨ ਹਿਸਟਰੀ ਐਂਡ ਕਲਚਰ ਸੋ ਇਹ ਪੰਜ ਚਰ ਟੌਪਿਕ ਨੇ ਤੁਸੀਂ ਪ੍ਰੀਪੇਅਰ ਕਰਨੇ ਐਗਜ਼ਾਮ ਦੇ ਲਈ ਇਹਨਾਂ ਪੰਜਾਂ ਦੇ ਵਿੱਚੋਂ ਤੁਹਾਨੂੰ ਐਗਜ਼ਾਮ ਦੇ ਵਿੱਚ ਆਊਗਾ ਕੁਐਸਚਨ ਕਿਸ ਟਾਈਪ ਦੇ ਪੁੱਛੇ ਜਾ ਸਕਦੇ ਨੇ ਡਿਸਕਸ ਬੋਥ ਵਿਊਜ਼ ਐਂਡ ਗਿਵ ਯਰ ਓਪੀਨੀਅਨ ਦੋਨਾਂ ਵਿਊਜ਼ ਬਾਰੇ ਆਪਾਂ ਗੱਲ ਕਰਨੀ ਹੋਗੀ ਨਾਲ ਦੀ ਨਾਲ ਆਪਦਾ ਓਪੀਨੀਅਨ ਸ਼ੇਅਰ ਕਰਨਾ ਹੋਗਾ ਟੂ ਵਾਟ ਐਕਸਟੈਂਡ ਡੂ ਯੂ ਐਗਰੀ অর ਡਿਸਐਗਰੀ ਐਂਡ ਟੂ ਐਡਵਾਂਟੇजेस ਆਊਟ ਵੇ ਦਾ ਡਿਸਐਡਵਾਂਟੇजेस ਵਾਈਸ ਵਰਸਾ ਵੀ ਆ ਸਕਦਾ ਟੂ ਡਿਸਐਡਵਾਂਟੇजेस ਆਊਟ ਵੇ ਦਾ ਐਡਵਾਂਟੇजेस ਸੋ ਇਸ ਟਾਈਪ ਦੀ ਵੀ ਸਟੇਟਮੈਂਟ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਸੋ ওভারঅল ਅਸੀਂ ਤੁਹਾਨੂੰ ਦੱਸ ਦਿੱਤਾ ਕਿ ਪ੍ਰੈਡਿਕਸ਼ਨ ਕਿਸ ਟਾਈਪ ਦੇ ਐਗਜ਼ਾਮ ਆਊਗਾ ਬਾਕੀ ਜੋ ਵੀ ਤੁਹਾਨੂੰ ਕਿਸੇ ਵੀ ਮੋਡਿਊਲ ਦੇ ਵਿੱਚ ਪ੍ਰੋਬਲਮ ਲੱਗਦੀ ਹੋਈ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਬਾਕੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਥੈਂਕ ਯੂ